ਕਪੂਰ ਦੇ ਪਿੰਡ ਸ਼ਹਿਜ਼ਾਦੀ ਤੋਂ ਇੱਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਦਨਸੀਬ ਲੜਕੀ ਦੇ ਹੱਥਾਂ ਤੋਂ ਵਿਆਹ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਉਸਦੇ ਮੱਥੇ ਦਾ ਸਿੰਦੂਰ ਹਮੇਸ਼ਾ ਹਮੇਸ਼ਾ ਲਈ ਮਿਟ ਗਿਆ। ਇਹ ਲੜਕੀ ਜੋ ਆਪਣੇ ਕਰਮਾਂ ਉੱਤੇ ਹੰਝੂ ਬਹਾ ਰਹੀ ਹੈ ਉਹ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਹੈ, ਜਿਸ ਦੇ ਨਾਲ ਵਿਆਹ ਹੋਏ ਹਲੇ 6 ਦਿਨ ਹੀ ਬੀਤੇ ਸਨ ਕਿ ਨਸ਼ੇ ਦੀ ਓਵਰਡੋਜ਼ ਕਾਰਨ ਇਸ ਦੇ ਪਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤ ਦੀ ਮੌਤ ਦੇ ਇਲਜ਼ਾਮ ਉਸਦੇ ਦੋਸਤਾਂ ਤੇ ਲਗਾਏ ਹਨ, ਜਿਨ੍ਹਾਂ ਨੇ ਬੂਟਾ ਸਿੰਘ ਨੂੰ ਲੁੱਟਣ ਦੇ ਇਰਾਦੇ ਨਾਲ ਜ਼ਿਆਦਾ ਨਸ਼ਾ ਕਰਵਾ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰ ਕੈਪਟਨ ਅਮਰਿੰਦਰ ਸਿੰਘ ਤੋਂ ਰੋ ਰੋ ਕੇ ਸਵਾਲ ਪੁੱਛਦੇ ਨੇ ਕਿ ਕਿੱਥੇ ਗਿਆ ਉਹ ਕੈਪਟਨ ਜੋ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾਂਦੇ ਸੀ। ਚੜ ਗਿਆ, ਮਤਲਬ ਪਹਿਲਾਂ ਤਾਂ ਛਾਪਾ ਲਾ ਲਈਆਂ ਦੀਆਂ, ਮੁੜ ਕੇ 5000 ਰੁਪਇਆ ਚੋਰੀ ਕਰ ਲਿਆ। ਮੁੜ ਕੇ ਉੱਥੋਂ ਲਿਆ ਕੇ ਕਹਿੰਦਾ ਮੁੰਡਾ ਮੇਰਾ, ਕਹਿੰਦਾ ਛਾਪ ਦੇ ਦੇ ਮੇਰੇ ਸਹੁਰਿਆਂ ਦੀ ਛਾਪ, ਮੈਨੂੰ ਲੜਨੇ ਗੁੱਸੇ ਹੋਣ ਗਏ। ਮੁੜ ਕੇ ਕਹਿੰਦਾ ਆ ਜਾ ਤੈਨੂੰ ਘਰੇ ਲੈ ਕੇ ਚਲਾ, ਉੱਥੇ ਛਾਪ ਦੇਊਂਗਾ। ਉੱਥੇ ਜਾ ਕੇ ਪਤਾ ਨਹੀਂ ਕੀ ਨਿਸ਼ਾਨ ਪਵਾਇਆ ਕਿ ਬੇਹੋਸ਼ੀ ਦੇ ਵਿੱਚ ਅਸੀਂ ਤਾਂ ਉੱਥੋਂ ਚੱਕ ਲਿਆ। ਫਿਰ ਅਸੀਂ ਜੀ ਗਏ ਜੇ ਹਸਪਤਾਲ ਤੇ ਉਹਨਾਂ ਨੂੰ ਖਾਣੀ ਖਤਮ ਹੋਈ। ਨਸ਼ਾ ਕਰ ਰਿਹਾ ਸੀ ਅਤੇ ਜ਼ਿਆਦਾ ਨਸ਼ਾ ਲੈਣ ਕਰਕੇ ਬੂਟਾ ਸਿੰਘ ਦੀ ਮੌਤ ਹੋ ਗਈ, ਅਤੇ ਜਿਸ ਦੇ ਸੰਬੰਧ ਵਿੱਚ ਉਸਦੇ ਬਿਆਨ 'ਤੇ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਕੈਪਟਨ ਸਾਹਿਬ ਜ਼ਿੰਮੇਵਾਰ ਹੈ ਇਸ ਗੱਲ ਦੀ, ਸਾਨੂੰ ਦੱਸਣ, ਪੁਲਿਸ ਸਾਹਿਬ ਨਾਲ ਰਲੀ ਹੋਈ ਆ, ਸਭ ਕੁਛ ਇਹਨਾਂ ਨੂੰ ਪਤਾ ਕਿੱਥੋਂ ਨਸ਼ਾ ਆਉਂਦਾ ਜੀ, ਕਿੱਥੇ ਜਾਂਦਾ, ਕਿੱਥੇ ਵੇਖ ਰਿਹਾ, ਇਸ ਗੱਲ ਦੀ ਜ਼ਿੰਮੇਵਾਰ ਖੁਦ ਮੁੱਖ ਮੰਤਰੀ ਸਾਹਿਬ ਆਪ ਆ। ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ, ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਇਹਨਾਂ। ਇਸ ਗੱਲ ਦੀ 2 ਘਰ ਬਰਬਾਦ ਹੋਏ, ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੀ ਹੈ।